ਵੈਲਕਮ ਹੈ ਤੁਹਾਨੂੰ ਸਾਰਿਆਂ ਨੂੰ ਬੌਸ ਆਫਿਸ ਗਿੱਲ ਦੇ ਉੱਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣਾ ਬਿਹਤਰੀਨ ਖਿਆਲ ਰੱਖ ਰਹੇ ਹੋਵੋਗੇ ਗੱਲ ਕਰਨੀ ਹੈ ਬੇਬੀ ਲੇਸੀਅਸ ਦੇ ਬੌਸ ਆਫਿਸ 컬렉ਸ਼ਨ ਦੀ ਕਿ ਹੁਣ ਤਣੀ ਫਿਲਮ ਨੂੰ ਲੱਗਿਆ ਹ 6 ਦਿਨ ਪੂਰੇ ਹੋਏ ਨੇ ਔਰ 5 ਦਿਨਾਂ ਦੇ ਅੰਦਰ ਬੌਸ ਆਫਿਸ 컬렉ਸ਼ਨ ਨੇ ਹੁਣ ਤਣੀ ਕਿਤਨਾ ਇਸਨੇ ਟੋਟਲ ਬੌਸ ਆਫਿਸ 컬렉ਸ਼ਨ ਇਕੱਠਾ ਕੀਤਾ 5 ਦਿਨਾਂ ਦੇ ਅੰਦਰ ਲੇਕਿਨ ਉਸ ਤੋਂ ਪਹਿਲਾਂ ਮੇਰੀ ਇੱਕ ਛੋਟੀ ਜੀ ਰਿਕਵੈਸਟ ਏ ਕਿ ਮੇਰੀ ਵੀਡੀਓ ਅਗਰ ਜ਼ਰਾ ਜਿਨੀ ਵੀ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੁਹਾਨੂੰ ਦੱਸਿਦਾ ਕਿ ਆਪਣੇ ਓਪਨਿੰਗ ਦੇ ਦਾ ਬੋਸ ਹੈ ਕਲੈਕਸ਼ਨ ਆ ਔਰ ਕਾਫੀ ਜ਼ਿਆਦਾ ਹਰਾਨ ਵੀ ਕੀਤਾ ਸੀ ਲੇਕਿਨ ਇਹ ਵੀ ਤੁਹਾਨੂੰ ਦੱਸਿਆ ਮੂਵੀ ਕਾਫੀ ਜ਼ਿਆਦਾ ਵੇਖਣ ਵਾਲੀ ਹੈ ਔਰ ਕਾਫੀ ਜ਼ਿਆਦਾ ਪਸੰਦ ਵੀ ਕੀਤੀ ਗਈ ਹੈ ਆਈ ਐਮ ਬੀ ਡੀ ਦੀ ਰੇਟਿੰਗ ਹੈ 7.4 ਆਊਟ ਆਫ 10 ਦੇ ਵਿੱਚੋਂ ਤੇ ਇਸ ਨੇ ਜਿਹੜਾ 1.1 22 ਕਰੋੜ ਰੁਪਏ ਦਾ ਬਾਕਸ ਆਫ ਸਿਗਨੇਚਰ ਇਕੱਠਾ ਕੀਤਾ ਸੀ ਆਪਣੇ ਓਪਨਿੰਗ ਡੇ ਦੇ ਉੱਤੇ ਪਾਕਿਸਤਾਨ ਦੇ ਅੰਦਰੋਂ ਤੇ ਅਵਰਸੇਜ਼ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਜਿਹੜਾ ਨੇ ਕੀਤਾ ਸੀ 67 ਲੱਖ ਰੁਪਏ ਦਾ ਬਾਕਸ ਆਫ ਸਿਗਨੇਚਰ ਕਲੈਕਸ਼ਨ ਤੇ ਟੋਟਲ ਜਿਹੜਾ ਇਹਦਾ ਪ੍ਰਿੰਟ ਦਾ ਬਾਕਸ ਆਫ ਸਿਗਨੇਚਰ ਬਣਿਆ ਸੀ ਉਹ ਬਣਿਆ ਸੀ 1.99 ਕਰੋੜ ਰੁਪਏ ਯਾਨੀ ਕਿ 1.89 ਕਰੋੜ ਰੁਪਈਆ ਤੇ ਇਸ ਨੂੰ ਸੈਕੰਡ ਡੇ ਦੇ ਕੀਤਾ ਸੀ 1.10 ਕਰੋੜ ਰੁਪਏ ਦਾ ਬਾਕਸ ਆਫ ਸਿਗਨੇਚਰ ਕਲੈਕਸ਼ਨ ਤੇ ਆਪਣੇ ਤੀਸਰੇ ਦਿਨ ਤੇ ਨੇ ਕੀਤਾ 85 ਲੱਖ ਰੁਪਏ ਦਾ ਬਾਕਸ ਆਫ ਸਿਗਨੇਚਰ ਤੇ ਚੌਥੇ ਦਿਨ ਫੇਅਰ ਸੈਲਡ ਸੀ ਬਹੁਤ ਸੋਹੇ ਸਿੱਕ ਕਲੈਕਸ਼ਨ ਤੇ ਆਪਣਾ ਮੰਡੇ ਵਾਲੇ ਦੇ ਨੇ ਬਿਲਕੁਲ ਫਿਲਮ ਡ੍ਰੌਪ ਡਾਊਨ ਚਲੇ ਗਈ ਤੇ ਇਸ ਨੇ ਟੋਟਲ ਬਹੁਤ ਸੋਹੇ ਸਿੱਕ ਕੀਤਾ ਆਪਣੇ ਮੰਡੇ ਵਾਲੇ ਦੇ ਨੂੰ ਕੀਤਾ 32 ਲੱਖ ਰੁਪਏ ਦਾ ਬਹੁਤ ਸੋਹੇ ਕਲੈਕਸ਼ਨ ਅਖਰ ਪੰਜਾਂ ਦਿਨਾਂ ਦਾ ਟੋਟਲ ਬਹੁਤ ਸੋਹੇ ਸਿੱਕ ਕਲੈਕਸ਼ਨ ਇਕੱਠਾ ਕਰੀ ਜਾਵਸੀ ਦਾ ਔਰ ਪਾਕਿਸਤਾਨੀ ਡੋਮੈਸਟਿਕ ਉਹ ਬੰਦਾ 5.21 ਕਰੋੜ ਰੁਪਈਆ ਤੇ ਮੂਵੀ ਦਾ ਜਿਹੜਾ ਬਜਟ ਹੈ ਉਹ ਹੈ ਤਕਰੀਬਨ 4 ਤੋਂ 5 ਕਰੋੜ ਰੁਪਈਆ ਉਸ ਬਜਟ ਨੂੰ ਦੇਖਦੇ ਹਾਂ ਫਿਲਮ ਜਿਹੜੀ ਹੈ ਨਾ ਸੈਮੀ ਹਿੱਟ ਹੋ ਗਈ ਔਰ ਜ਼ਰੂਰ ਸੁਪਰ ਹਿੱਟ ਵੀ ਹੋ ਜਾਏਗੀ ਤੇ ਮਿਲਨੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਖਿਆਲ ਰੱਖਿਓ ਵੀਡੀਓ ਵੇਖਣ ਦਾ ਬਹੁਤ ਸ਼ੁਕਰੀਆ